ਚਮੋ ਕਿਵੇਂ ਆ ਫਿਰ ਕਦੋਂ ਆਉਣਾ? ਅੱਛਾ ਅੱਜ ਆ ਰਹੀ ਆ, ਚੱਲ ਠੀਕ ਆ, ਆ ਜਾ ਮਿਲਦੇ ਆ ਆਪਾਂ। ਚੰਗਾ, ਪਹਿਲਾਂ ਤਾਂ ਮੈਨੂੰ ਇਹਦੇ ਹੀ ਮੂੰਹ ਬੰਦ ਕਰਨਾ ਪੈਣਾ, ਹੋਰ ਨਾ ਉਹਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਵਾ ਦੇਵੇ। ਆ ਸਿਰ ਤੇ ਕਿੱਧਰ ਦੀ ਬੜੀ ਪਈ ਹੈ, ਨਿਕਲ ਦੀ ਹੋਈ ਨਹੀਂ ਹੈਗੀ। ਕਿੰਨਾ ਜ਼ੋਰ ਲਾ ਲਿਆ ਇਹਨੂੰ, ਹੱਥਾਂ ਨਾਲ ਨਾ ਕਰੋ, ਨੇਲ ਕਟਰ ਲੈ ਲਓ, ਉਹਦੇ ਨਾਲ ਵੱਢ ਲਓ। ਨੇਲ ਕਟਰ ਉਹਨੇ ਕੀ ਕੰਮ ਕਰਨਾ, ਇੱਥੇ ਤਾਂ ਮੇਰੀ ਚੁੰਡੀ ਹੀ ਕੰਮ ਕਰੂਗੀ। ਐਨੀਵੇ ਅੱਜ ਤੇ ਮੇਰੀ ਕਾਲਜ ਦੀ ਫਰੈਂਡ ਨੇ ਆਉਣਾ, ਪਲੀਜ਼ ਉਹਦੇ ਸਾਹਮਣੇ ਨਾ ਇੱਦਾਂ ਨਾ ਆਇਓ, ਥੋੜਾ ਬਣ ਠਣ ਕੇ ਰਿਹੋ। ਬਣ ਠਣ ਕੇ? ਲੈ ਮੈਂ ਤਾਂ ਇੰਨਾ ਸੋਹਣਾ ਫੁੱਟੀਆਂ ਵਾਲਾ ਸੂਟ ਪਾਇਆ, ਹੋਰ ਕਢਾਈ ਵਾਲਾ ਪਾ ਲਾ। ਜਿਹੜਾ ਕੁਛ ਮਰਜ਼ੀ ਪਾਓ, ਪਰ ਪਲੀਜ਼ ਥੋੜਾ ਨਾ ਬਣ ਠਣ ਕੇ ਰਿਹੋ। ਤੂੰ ਦੇਖੀ ਤਾਂ ਜਾ, ਜੇ ਮੈਂ ਬਟ ਨਾ ਕੱਢ ਤੇ। Don't worry dear, everything will be all right. Yeah, I hope so dear. Anyway, but where is your mother-in-law? ਮੈਨੂੰ ਵੀ ਮਿਲਾ ਦੇ। Yeah, sure, why not? Mom! ਮੈਨੂੰ ਬੁਲਾਇਆ? Hello! Hi! कैसे हो आंटी जी? बस हम तो ठीक हैं, पिंजनियों में दर्द रहता है। पिंजनिया? What is that mean? बिंदु क्या कह रही है ये? लातों में दर्द है यार। लातों में? क्या? टांगों में। ओह ओके ओके। होर सुनाओ, चाह पानी पीता? बिंदु चाह बना के लेके आ। तेरी फ्रेंड आई है, इहदे कोल मैं बैठी हाँ। ਮੈਂ ਚਾਹ ਤਾਂ ਬਣਾ ਕੇ ਲੈ ਕੇ ਆਉਣੀ ਆ, ਪਰ ਪਲੀਜ਼ ਆਪਣੇ ਨਾ ਓਲਡ ਟਾਈਮ ਦੇ ਗੱਲਾਂ ਲੈ ਕੇ ਨਾ ਬੈਠੇ ਹੋ, ਹੋਰ ਕਿਤੇ ਵਿਚਾਰੀ ਨੂੰ ਤੁਸੀਂ ਬੋਰ ਹੀ ਕਰਦੇ ਹੋ। ਨਹੀਂ ਕਰਦੀ, ਤੂੰ ਜਾ ਕੇ ਚਾਹ ਲੈ ਕੇ ਆ। ਤੈਨੂੰ ਪਤਾ ਮੇਰੀ ਚਾਹ ਸਟੀਲ ਦੇ ਗਲਾਸ 'ਚ ਲੈ ਕੇ ਆਈ, ਨਾਲ ਕੌਲੀ ਵੀ। ਆਂਟੀ ਜੀ ਗਲਾਸ ਤਾਂ ਠੀਕ ਹੈ, ਪਰ ਕੌਲੀ ਕੀ ਕਰਨੀ ਆ? ਲੈ ਕੁੜੀਏ, ਤੂੰ ਤਾਂ ਪੰਜਾਬੀ ਵੀ ਬੋਲਦੀ ਆ, ਭਲਾ ਕਿਹੜੇ ਪਿੰਡ ਤੋਂ ਆ? ਮੈਂ ਚੰਡੀਗੜ੍ਹ ਤੋਂ ਆ। ਚੰਡੀਗੜ੍ਹ? ਉਹਦੇ ਨਾਲ ਖਰੜ ਆ, ਉੱਥੇ ਮੇਰੀ ਮਾਸੀ ਰਹਿੰਦੀ ਆ। ਲੈ ਅਸੀਂ ਤਾਂ ਘੁਲ ਮਿਲ ਵੀ ਗਈਆਂ, ਤੂੰ ਹਜੇ ਤੱਕ ਚਾਹ ਹੀ ਨਹੀਂ ਲੈ ਕੇ ਆਈ। ਦੇਖਿਆ ਨੱਕ ਤੇ ਗੁੱਸਾ ਕਿਵੇਂ ਆ? ਹੋਰ ਤੂੰ ਸੁਣਾ, ਭਲਾ ਤੇਰੀ ਬੇਬੇ ਕਿਵੇਂ ਆ? ਬੇਬੇ? ਆਹੋ ਮੰਮੀ ਤੇਰੀ, ਉਹਦੇ ਬਾਰੇ ਪੁੱਛਦੀ ਆ। ਉਹ ਤਾਂ ਕੈਮ ਨਹੀਂ, ਤੁਸੀਂ ਦੱਸੋ ਆਂਟੀ ਜੀ ਕਿਵੇਂ ਹੋ? ਆਂਟੀ ਆਂਟੀ ਨਾ ਮੈਨੂੰ ਕਿਹਾ ਕਰ, ਮੈਨੂੰ ਹੋਰੇ ਤਰ੍ਹਾਂ ਦਾ ਲੱਗਦਾ। ਪਰ ਆਂਟੀ ਜੀ ਆਂਟੀ ਨਾ ਕਵਾਂ ਤਾਂ ਹੋਰ ਕੀ ਕਵਾਂ ਤੁਹਾਨੂੰ? ਫੇਰ ਆਂਟੀ ਮੈਂ ਤੈਨੂੰ ਕਿਹਾ ਨਾ ਕਹਿ। ਓਕੇ ਓਕੇ ਓਕੇ, ਨਹੀਂ ਕਹਿੰਦੀ, ਸੋਰੀ, ਤੁਹਾਨੂੰ ਮਾਸੀ ਕਹਿ ਦਾਂ? ਹਾਂ ਇਹ ਠੀਕ ਹੈ। ਨਾਲੇ ਤੂੰ ਡਰੀ ਡਰੀ ਜੀ ਕਿਉਂ ਬੈਠੀ ਆ? ਕੰਫਰਟੇਬਲ ਹੋ ਕੇ ਬੈਠ ਉੱਪਰ। ਕੰਫਰਟੇਬਲ? ਹਾਂ ਕੰਫਰਟੇਬਲ, ਉੱਪਰ ਨੂੰ ਉੱਠ ਕੇ ਬੈਠ, ਚੌਂਕੜੀ ਮਾਰ ਕੇ। ਚੌਂਕੜੀ? ਤੈਨੂੰ ਚੌਂਕੜੀ ਦਾ ਨੀ ਪਤਾ? ਐ ਲੱਤਾਂ ਇਕੱਠੀਆਂ ਕਰਕੇ? ਨਹੀਂ ਮੈਂ ਇੱਦਾਂ ਹੀ ਠੀਕ ਆ। ਚੱਲ ਕੋਈ ਨਾ, ਠੀਕ ਆ। ਮੈਨੂੰ ਲੱਗਦਾ ਤੂੰ ਵੀ ਸਾਡੀ ਬਹੂ ਵਾਂਗੂ ਕਾਫੀ ਪੜ੍ਹੀ ਲਿਖੀ ਲੱਗਦੀ ਆ, ਹੈਨਾ? ਹਾਂਜੀ। ਐ ਤਾਂ ਮੈਂ ਵੀ ਬਹੁਤ ਪੜ੍ਹੀ ਲਿਖੀ ਆ, ਅੰਗਰੇਜ਼ੀ ਦੇ ਤਾਂ ਮੈਂ ਬੱਟ ਕੱਢ ਦਿੰਦੀ ਆ। ਬੱਟ? ਮੰਮੀ ਟਲੇ ਨਹੀਂ ਨਾ ਤੁਸੀਂ, ਤੁਹਾਨੂੰ ਜਿੰਨਾ ਮਰਜ਼ੀ ਸਮਝਾ ਲਓ, ਉਹ ਘੱਟੋ ਘੱਟ ਜਦੋਂ ਮੇਰੀਆਂ ਫਰੈਂਡਸ ਆਉਂਦੀਆਂ ਹੁੰਦੀਆਂ ਨੇ ਨਾ, ਉਦੋਂ ਆਪਣਾ ਮੂੰਹ ਬੰਦ ਰੱਖ ਲਿਆ ਕਰੋ। ਪਰ ਪੁੱਤ ਮੈਂ ਤਾਂ ਇਹੋ ਜਿਹਾ ਕੁਛ ਵੀ ਨਹੀਂ ਕਿਹਾ। ਫਿਰ ਉਹ ਤੁਹਾਡਾ ਉਹੀ ਉੱਚੀ ਉੱਚੀ ਹੱਸ ਕੇ ਮਜ਼ਾਕ ਉਡਾਈ ਜਾਂਦੀ ਸੀ? ਪੁੱਤ ਉਹ ਮਜ਼ਾਕ ਥੋੜਾ ਉਡਾਉਂਦੀ ਸੀ, ਉਹਨੂੰ ਮੇਰੀਆਂ ਗੱਲਾਂ ਸੋਹਣੀਆਂ ਲੱਗਦੀਆਂ ਸੀ। ਮੰਮੀ ਰਹਿਣ ਦਿਓ, ਮੈਨੂੰ ਨਾ ਤੁਹਾਡਾ ਪਤਾ ਹੀ ਆ, ਜਦ ਤੁਹਾਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਫਿਰ ਬੋਲਦੇ ਕਿਉਂ? ਬਸ ਚਾਰ ਪੰਜ ਅੱਖਰ ਆਉਂਦੇ ਆ ਬੋਲਣੇ, ਉਹ ਵੀ ਟੁੱਟੇ ਭੱਜੇ, ਪਤਾ ਨਹੀਂ ਕਿੱਥੋਂ ਸਿੱਖਿਆ ਕਿੱਥੋਂ ਨਹੀਂ।
ਬੋਲ ਕੇ ਨਾ ਐ ਦਿਖਾਉਂਦੇ ਹੁੰਦੇ ਨੇ ਪਤਾ ਨਹੀਂ ਕਿੰਨਾ ਕੁ ਪੜ੍ਹੇ ਲਿਖੇ ਆ ਤੁਹਾਨੂੰ ਤਾਂ ਨਾ ਐ ਲੱਗਦਾ ਵੀ ਜਿਵੇਂ ਤੁਹਾਡੀ ਬਹੁਤ ਇੱਜ਼ਤ ਬਣਦੀ ਆ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੀ ਬੇਇੱਜ਼ਤੀ ਹੁੰਦੀ ਆ ਤੇ ਨਾਲ ਮੇਰੀ ਕਰਦੇ ਹੋ ਮਿੰਦੋ ਮੈਨੂੰ ਮਾਫ ਕਰੀ ਜੇ ਮੇਰੇ ਕਰਕੇ ਤੇਰੀ ਬੇਇੱਜ਼ਤੀ ਹੁੰਦੀ ਆ ਜਦ ਆਏ ਗਏ ਦੇ ਸਾਹਮਣੇ ਤੂੰ ਮੈਨੂੰ ਬੋਲਦੀ ਆ ਤੇਰੀ ਬਹੁਤ ਇੱਜ਼ਤ ਬਣਦੀ ਆ ਭਾਵੇਂ ਮੈਂ ਪੜ੍ਹੀ ਲਿਖੀ ਨਹੀਂ ਪਰ ਇੰਨੀ ਕੁ ਲਿਆਕਤ ਤਾਂ ਹੈਗੀ ਆ ਵੀ ਵੱਡੇ ਛੋਟੇ ਨਾਲ ਗੱਲ ਕਿਵੇਂ ਕਰਨੀ ਆ ਮੰਨਿਆ ਮੈਂ ਪੜ੍ਹੀ ਲਿਖੀ ਨਹੀਂ ਪਰ ਤੇਰੇ ਨਾਲ ਵੱਧ ਜ਼ਿੰਦਗੀ ਦੇਖੀ ਆ ਪਰ ਤੁਸੀਂ ਪੜ੍ਹ ਲਿਖ ਕੇ ਤੁਹਾਨੂੰ ਤਾਂ ਇਹੀ ਨਹੀਂ ਪਤਾ ਵੀ ਵੱਡਿਆਂ ਦੀ ਇੱਜ਼ਤ ਕਿਵੇਂ ਕਰਨੀ ਹੈ ਤੇਰੇ ਮਾਂ ਪਿਓ ਨੇ ਤੈਨੂੰ ਤਾਂ ਪੜ੍ਹਾਇਆ ਸੀ ਵੀ ਤੈਨੂੰ ਵੱਧ ਅਕਲਾਵੇ ਉਹ ਤੇਰੇ ਨਾਲ ਤਾਂ ਅਸੀਂ ਅਨਪੜ੍ਹ ਚੰਗੇ ਆ ਕਮ ਸੇ ਕਮ ਅਸੀਂ ਆਪਣੀ ਸੱਸ ਮਾਂ ਦੇ ਮੂਹਰੇ ਬੋਲੇ ਤਾਂ ਨਹੀਂ ਮੰਮੀ ਮੈਂ ਸਿਰਫ ਤੁਹਾਨੂੰ ਸਮਝਾਇਆ ਹੋਰ ਕੁਛ ਨਹੀਂ ਸਮਝਾ ਲਾ ਪੁੱਤ ਸਮਝਾ ਲਾ ਜਿੱਦਣ ਤੇਰੇ ਨਿਆਣੇ ਤੈਨੂੰ ਸਮਝਾਉਣਗੇ ਨਾ ਉਦਣ ਤੈਨੂੰ ਪਤਾ ਲੱਗੂ ਵੀ ਕਿੰਨਾ ਕੁ ਦੁੱਖ ਲੱਗਦਾ ਉਹ ਮੇਰਾ ਮਜ਼ਾਕ ਥੋੜਾ ਉਡਾਉਂਦੀ ਸੀ ਉਹ ਤਾਂ ਮੇਰੇ ਨਾਲ ਗੱਲਾਂ ਕਰਦੀ ਸੀ ਮੰਮੀ ਪੂਰੀ ਫੀਲਿੰਗ ਲੈ ਰਹੀ ਨਹੀਂ ਆ ਤਾਂ ਮੈਨੂੰ ਯਾਦ ਨੀ ਹੈਗੀ ਮੈਂ ਕਿਹਾ ਤੇ ਲਾ ਦੀ ਆ ਮੈਂ ਨਹੀਂ ਮੈਂ ਲਾ ਤੁਸੀਂ ਡਾਇਲੋਗ ਪੜ੍ਹਦੇ ਪਏ ਸੀ ਡਾਇਲੋਗ ਪੜ੍ਹਦੇ ਮੰਮੀ ਬੇਚਾਰੀ ਟੇਕ ਦੇ ਮੰਮੀ ਇਹ ਤੋਂ ਭਾਰੇ ਭਾਰੇ ਸੈੱਟ ਪਾਏ ਹੁੰਦੇ ਤੁਹਾਨੂੰ ਪਤਾ ਕੋਈ ਨੀ ਇੰਨੀ ਉਮਰ ਦੇ ਵਿਚ ਨੀ ਕੋਈ ਪਾਉਂਦਾ ਹੈਗਾ ਲੈ ਪਰ ਮੈਂ ਨੀ ਪਾਏ ਹੈਗੇ ਬਹੁਤ ਪਾਉਂਦੇ ਮੰਮੀ ਤੁਸੀਂ ਦੇਖੇ ਨੀ ਗੱਲ ਵੱਖਰੀ ਆ ਪਰ ਪਾਉਂਦੇ ਆ ਮੈਨੂੰ ਇਹ ਦੱਸੋ ਵੀ ਕਿੰਨੀ ਦੇਰ ਤੱਕ ਸ਼ੂਟ ਹੋ ਗਈ ਪ੍ਰੈਕਟਿਸ ਸ਼ੂਟ ਕਰਦੀ ਮੰਮੀ ਨੇ ਡਾਇਲੋਗ ਸਹੀ ਬੋਲਿਆ ਸੀਗਾ ਪਰ ਮੰਮੀ ਦੋ ਐਨਕ ਲਾ ਕੇ ਬੋਲ ਗਈ ਉਹ ਕਈ ਵਾਰ ਪਤਾ ਕੀ ਹੁੰਦਾ ਮੇਰੇ ਐਨਕ ਲੱਗੀ ਹੁੰਦੀ ਆ ਮੈਂ ਲੱਭਦੀ ਹੁੰਦੀ ਆ ਐਨਕ ਫਿਰ ਮੈਂ ਐਨਕ ਦੇ ਉੱਤੇ ਐਨਕ ਫਿਰ ਮੈਂ ਕਹੂੰ ਐਨਕ ਤੇ ਮੇਰੇ ਲੱਗੀ ਹੋਈ ਉੱਤੇ ਹੋਏ ਲਾਉਣ ਲੱਗ ਜੀ ਨਹੀਂ ਐਨਕ ਲਾ ਕੇ ਐਨਕ ਲੱਭੀ ਜਾਂਦੇ ਹੁੰਦੇ ਹੋ ਹੋਰ ਕਈ ਵਾਰ ਦਿਮਾਗ ਏਦਾਂ ਦਾ ਹੋ ਜਾਂਦਾ ਮੰਮੀ ਮੰਨ ਰਹੀ ਹੈ ਵੀ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਮੈਂ ਪਹਿਲਾਂ ਵੀ ਆਈ ਨਹੀਂ ਹੋ ਜਾਂਦਾ ਮੈਂ ਇਕੱਲੀ ਨਾਲ ਵੀ ਹੁੰਦਾ ਏਦਾਂ ਗੌਰ ਸੇ ਦੇਖੀਏ ਯੇ ਚਸ਼ਮਾ ਲਗਾ ਕੇ ਵੀ ਚਸ਼ਮਾ ਢੂੰਡਤੀ ਹੈ ਇਹ ਮੰਮੀ ਹਜੇ ਸ਼ੂਟ ਹੈਗਾ ਨਾ ਕੰਟੀਨਿਊ ਹੈਗਾ ਹਜੇ ਕਰੀਏ ਆਪਾਂ ਸ਼ੂਟ ਕਰੋ ਜੀ ਪਤਾ ਮੈਨੂੰ ਕਿੰਨੀ ਸ਼ਰਮ ਆਉਂਦੀ ਮੇਰੇ ਐਡਾ ਬੜਾ ਸੈੱਟ ਪਵਾਤਾ ਸ਼ਰਮ ਵਾਲੀ ਗੱਲ ਨੀ ਮੰਮੀ ਲੈ ਤੂੰ ਪਾਇਆ ਕਰ ਇੱਦਾਂ ਦੇ ਸੈੱਟ ਨਹੀਂ ਕਿਉਂ ਵਜ੍ਹਾ ਕੀ ਆ ਕਾਹਤੇ ਨਹੀਂ ਪਾਉਣਾ ਨਹੀਂ ਇਸ ਉਮਰ ਦੇ ਬਸ ਬਸ ਚੈਨੀ ਚੁੰਨੀ ਲੈ ਮੰਮੀ ਇੱਦਾਂ ਨਾ ਕਿਹਾ ਕਰ ਵੀ ਇਸ ਉਮਰ ਦੇ ਵਿੱਚ ਕੀ ਇਸ ਉਮਰ ਦੇ ਵਿੱਚ ਹਰ ਸ਼ਿੰਗਾਰ ਛੱਡ ਦੇਈਦਾ ਹੈ ਮੰਮੀ ਐ ਤਾਂ ਫਿਰ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਵੀ ਇਹ ਕਹਾਂ ਵੀ ਮੈਂ ਪਾਉਣੇ ਨਹੀਂ ਹੈਗੇ ਜੇ ਮੇਰੀ ਸੱਸ ਪਾਉ ਤਾਂ ਹੀ ਨੂੰ ਪਾਉ ਇਹ ਨਾ ਮੰਮੀ ਤੁਸੀਂ ਕਿਹਾ ਕਰੋ ਚਲੋ ਫਿਰ ਕਰੀਏ ਸ਼ੁਰੂ ਹਾਂ ਤੁਸੀਂ ਫੁੱਲ ਹਰ ਸ਼ਿੰਗਾਰ ਕਰਿਆ ਕਰੋ ਠੀਕ ਹੈ 3 ਐਕਸ਼ਨ ਮੇਰਾ ਕੰਮ ਆ ਨਾ ਚੱਲ ਕੁਛ ਨਹੀਂ ਟਾਂਗੋ ਮੈਂ ਦਰਦ ਹੋ ਰਹਾ ਹੈ
टांग पता टांग यस लेग ओ लेग का पता है वो क्या फोड़ रहे हैं टिंड उसे कहते हैं टिंड टिंड फोड़ी अब मैं इसकी क्या मरोड़ूंगा ता होना इनके पास और कोई ऑप्शन नहीं है इसलिए वो पीछे हो गए